ਢਿੱਲੋਂ ਡੈਰੀ ਫਾਰਮ ਤੋਂ ਮੈਂ ਰਵੇਲ ਸਿੰਘ ਢਿੱਲੋਂ ਪਿੰਡ ਸ਼ਬੂਕਲਾ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ ਹਾਂ। ਅਸੀਂ ਲਗਭਗ 2007 ਤੋਂ ਡੈਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਹੋਇਆ ਅਤੇ ਮੈਂ ਇੱਕ ਡੰਗਰ ਜਿਹੜਾ ਇੱਕ ਗਾਂ ਤੋਂ ਅਸੀਂ ਸਾਡੇ ਕੋਲ ਮੱਝਾਂ ਸਨ ਆਪਣੇ ਕੋਲ ਪਹਿਲਾਂ ਇੱਕ ਗਾਂ ਸਨ 99 'ਚ ਜਿਹੜੀ ਆਪਾਂ ਸਾਡੇ ਬਜ਼ੁਰਗਾਂ ਨੇ ਕਿਤੋਂ ਲਿਆਂਦੀ ਸੀ ਖਰੀਦ ਕੇ। ਉਸ ਤੋਂ ਬਾਅਦ ਹੌਲੀ ਹੌਲੀ ਬਾਹਰ ਅੰਦਰ ਜਾਣ 'ਤੇ ਮੈਂ ਦੇਖਿਆ ਕਿ ਜਿਹੜਾ ਡੈਰੀ ਫਾਰਮ ਗਾਵਾਂ ਦਾ ਜ਼ਿਆਦਾ ਕਾਮਯਾਬ ਹੈ ਔਰ ਮੈਂ ਗਾਵਾਂ ਵਾਲੇ ਪਾਸੇ ਹੀ ਖਿਆਲ ਕੀਤਾ ਅਤੇ ਹੌਲੀ ਹੌਲੀ ਸਾਡੇ ਕੋਲ ਗਾਵਾਂ ਦਾ ਵਾਧਾ ਹੁੰਦਾ ਗਿਆ। 2007 ਤੋਂ ਮੈਂ ਕਮਰਸ਼ੀਅਲ ਡੈਰੀ ਫਾਰਮ ਵਾਲੇ ਪਾਸੇ ਚੱਲਿਆ ਅਤੇ ਸਾਡੇ ਕੋਲ ਇਸ ਟਾਈਮ ਤਕਰੀਬਨ 100 ਤੋਂ ਵੱਧ ਪਸ਼ੂ ਹਨ, 100 ਤੋਂ ਉਹਦੇ ਵਿੱਚ ਸਾਡੇ ਕੋਲ 50 ਤੋਂ 60 ਗਾਵਾਂ ਹਰ ਟਾਈਮ ਦੁੱਧ ਰਹਿੰਦੀਆਂ ਸਨ ਔਰ ਬਾਕੀ ਜਿਹੜੀਆਂ ਨੇ ਲਗਭਗ ਬੱਚੀਆਂ ਨੇ ਸਾਡੇ ਕੋਲ ਹੀਫਰ ਵੀ ਛੋਟੇ ਬੱਚੇ ਔਰ ਮੈਂ ਜਿਹੜੀ KVK ਰੌਣੀ ਨਾਲ ਸਾਡੇ ਅਸੀਂ ਜੁੜੇ ਹੋਏ ਹਾਂ ਔਰ ਉਹਨਾਂ ਦਾ ਜਿਹੜੇ ਸਪਲਟਰ ਨੇ ਟਾਈਮ ਟਾਈਮ 'ਤੇ ਸਾਡੇ ਸੰਪਰਕ ਦੇ ਵਿੱਚ ਰਹਿੰਦੇ ਨੇ, ਨਾਲ ਸਾਨੂੰ ਗਾਈਡ ਕਰਦੇ ਨੇ ਔਰ ਲਗਭਗ ਜਿਹੜਾ ਸਾਡੇ ਕੋਲ ਦੁੱਧ ਹੈ ਉਹ ਮੇਰਾ ਵੇਰਕਾ ਨੂੰ ਜਾਂਦਾ ਪਲਾਂਟ ਨੂੰ ਔਰ ਬਾਹਰ ਅੰਦਰ ਲੋਕ ਵੀ ਨੇੜੇ ਲੱਗ ਗਏ ਸਾਡੇ ਕੋਲ ਜਿਹੜੇ ਕਸਟਮਰ ਕੁਛ ਆ ਕੇ ਲੈ ਜਾਂਦੇ ਨੇ ਅਤੇ ਫੀਡ ਜਿਹੜੀ ਹੈ ਉਹ ਅਸੀਂ ਖੁਦ ਆਪਣੀ ਤਿਆਰ ਕਰਦੇ ਹਾਂ ਆਪਣੀ ਫੀਡ ਤੋਂ ਹੀ ਔਰ ਨਾਲ ਅਚਾਰ ਮੱਕੀ ਦਾ ਸੈਲਜ ਵਗੈਰਾ ਬਣਾ ਕੇ ਅਸੀਂ ਡੰਗਰਾਂ ਨੂੰ ਜਿਹੜਾ ਵੇ ਤੂੜੀ ਫੀਡ ਅਚਾਰ ਮਿਕਸ ਕਰਕੇ ਜਿਹੜਾ ਰਾਸ਼ਨ ਦਿੰਦੇ ਹਾਂ ਔਰ ਆਪਣਾ ਹਰਾ ਚਾਰਾ ਜਿਹੜਾ ਆਪਣੇ ਖੇਤਾਂ 'ਚ ਬੀਜਦੇ ਹਾਂ ਅਤੇ ਮੈਨੂੰ ਇਸ ਕੰਮ ਲਈ ਜਿਹੜਾ ਪ੍ਰੇਰਿਆ ਉਹ ਇੱਕ KVK ਤੋਂ ਹੀ ਡੈਰੀ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਜਿਹੜਾ ਕੰਮ ਵਾਲੇ ਪਾਸੇ ਮੇਰਾ ਖਿਆਲ ਜ਼ਿਆਦਾ ਕਮਰਸ਼ੀਅਲ ਵਾਲੇ ਪਾਸੇ ਆਇਆ ਅਤੇ ਮੈਂ ਆਮ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਕਹਿੰਦਾ ਕਿ ਇਸ ਕੰਮ ਨਾਲ ਜੁੜੋ, ਖੇਤੀ ਦੇ ਨਾਲ ਨਾਲ ਇਹ ਜਿਹੜਾ ਧੰਦਾ ਬਹੁਤ ਲਾਭਦਾਇਕ ਹੈ ਔਰ ਮੇਰੀ ਜਿਹੜੀ ਲਗਭਗ ਸਾਡੀ ਆਮਦਨ ਹੈ 75 ਤੋਂ 80,000 ਰੁਪਏ ਦੇ ਕਰੀਬ ਅਸੀਂ ਮਹੀਨੇ ਦਾ ਕਮਾ ਲੈਂਦੇ ਹਾਂ। ਸਾਰਾ ਪਰਿਵਾਰ ਇਹਦੇ ਵਿੱਚ ਕੰਮ ਕਰਦਾ ਹੈ ਔਰ ਕੁਛ ਅਸੀਂ ਬਾਹਰੋਂ ਬੰਦੇ ਰੱਖੇ ਆ, ਕੁਛ ਅਸੀਂ ਆਪ ਕੰਮ ਕਰਦੇ ਹਾਂ ਔਰ ਬਹੁਤ ਲਾਭਦਾਇਕ ਧੰਦਾ ਹੈ।